ਜਿਹੜੇ ਨੂੰ 2 ਸਾਲ ਤਾਂ ਸਾਡੇ ਲੋਕਡਾਊਨ ਦੇ ਵਿੱਚ ਲੰਘ ਗਏ ਹਨ ਸੋ ਅੱਜ ਰੱਬ ਦੀ ਮਿਹਰ ਹੋਈ ਅਸੀਂ ਥੀਏਟਰ ਤੱਕ ਪਹੁੰਚੇ ਹਾਂ ਤੇ ਲੱਗਦਾ ਤੁਸੀਂ ਦੋਨੋਂ ਫਿਲਮਾਂ ਦੇਖੋ ਸਾਰਿਆਂ ਨੂੰ ਸਪੋਰਟ ਕਰੋ ਸਾਡੀ ਇੰਡਸਟਰੀ ਬਹੁਤ ਛੋਟੀ ਜੀ ਫੈਮਿਲੀ ਵਰਗੀ ਇੰਡਸਟਰੀ ਹੈ ਕਹਿੰਦੇ ਨਾ ਸੁੱਖਾ ਸੁੱਖ ਦੀ ਨੂੰ ਇਹ ਦਿਨ ਆਏ ਨਹੀਂ ਪਾਉਂਦੇ ਪੁੱਛ ਦੀ ਨੂੰ ਸੋ 2 ਸਾਲ ਹੋ ਗਏ ਜੀ 2 ਸਾਲਾਂ ਤੋਂ ਬਾਅਦ ਮਸਾਂ ਅੱਜ ਦਾ ਦਿਨ ਆਇਆ ਔਰ ਸੱਚੀ ਹੀ ਬਹੁਤ ਖੁਸ਼ ਹਾਂ ਮੈਂ ਮੇਰਾ ਸੁਪਨਾ ਜੋਰਾ 10 ਨੰਬਰੀਆ ਵੇਲੇ ਪੂਰਾ ਹੋ ਗਿਆ ਸੀ 2017 ਚ ਹੁਣ ਉਸ ਸੁਪਨੇ ਦਾ ਵਿਸਥਾਰ ਆ ਜਿਹੜਾ ਉਹ ਹੋ ਰਿਹਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਫੋਰਐਵਰ ਮੀਡੀਆ ਤੇ ਮੈਂ ਤੁਹਾਡਾ ਆਪਣਾ ਸਿਮਰਜੀਤ ਸਿੰਘ ਦੋਸਤੋ ਅੱਜ ਅਸੀਂ ਪਹੁੰਚ ਚੁੱਕੇ ਹਾਂ ਸਪੈਸ਼ਲ ਸਕਰੀਨਿੰਗ ਮਰ ਜਾਣੇ ਫਿਲਮ ਦੇ ਹੁਣ ਦੱਸਦੇ ਆ ਜੀ ਇਸ ਫਿਲਮ ਦੇ ਰਾਈਟਰ ਤੇ ਡਾਇਰੈਕਟਰ ਨੇ ਜੀ ਅਮਰਦੀਪ ਸਿੰਘ ਗਿੱਲ ਸਟਾਰ ਕਾਸਟ ਹੈ ਜੀ ਸਿੱਪੀ ਗਿੱਲ ਭਾਈ ਹੋਰਾਂ ਦੇ ਨਾਲ ਪ੍ਰੀਤ ਕਮਲ ਤੇ ਆਓ ਆਪਾਂ ਇਸ ਫਿਲਮ ਬਾਰੇ ਸਟਾਰ ਕਾਸਟ ਨਾਲ ਗੱਲਬਾਤ ਕਰੀਏ ਆਜੋ ਖਾਸੀ ਤੁਹਾਨੂੰ ਕਿਰਦਾਰ ਫੜਨਾ ਇਸ ਫਿਲਮ ਦੇ ਵਿੱਚ ਕਿਰਦਾਰ ਫੜਨ ਦੇ ਲਈ ਤੁਹਾਡਾ ਡਾਇਰੈਕਟਰ ਜਿਹੜਾ ਹੈਗਾ ਆ ਉਹ ਮਤਲਬ ਸੁਲਝੇ ਹੋਏ ਹੋਣੇ ਬਹੁਤ ਚਾਹੀਦੇ ਨੇ ਜ਼ਰੂਰੀ ਨੇ ਅਤੇ ਸਾਡੇ ਡਾਇਰੈਕਟਰ ਸਾਹਿਬ ਜਿਹੜੇ ਸੀਗੇ ਅਮਰਦੀਪ ਬਾਈ ਹੈ ਨਾ ਉਹਨਾਂ ਦੀ ਖੂਬੀ ਆ ਕਿ ਉਹ ਮਤਲਬ ਉਹਨਾਂ ਨੇ ਸਾਨੂੰ ਐਕਸਪਲੇਨ ਬਹੁਤ ਵਧੀਆ ਤਰੀਕੇ ਨਾਲ ਕਰਤਾ ਸੀ ਵੀ ਸਿੱਪੀ ਤੇਰਾ ਆਹ ਕਰੈਕਟਰ ਆ ਅਤੇ ਮੈਨੂੰ ਲੱਗਦਾ ਕਿ ਜਿੰਨੀ ਕੁ ਬਾਈ ਉਹਨਾਂ ਨੇ ਮੈਨੂੰ ਸਮਝਾਇਆ ਸੀ ਮੇਰੀ ਕੋਸ਼ਿਸ਼ ਰਹੀ ਆ ਕਿ ਉਹ ਜਿਹੜਾ ਬੋਲਣ ਦਾ ਸਟਾਈਲ ਸੀ ਮੇਰੇ ਡਾਇਲੋਗ ਡਿਲੀਵਰੀ ਸੀ ਵੀ ਮੈਂ ਕੁਛ ਹੀ ਨਹੀਂ ਬੋਲਣਾ ਬਿਲਕੁਲ ਰਗਾਂ ਦੇ ਵਿੱਚ ਇੱਕ ਡਾਊਨ ਇੱਕ ਜਦੋਂ ਮੈਂ ਨਸ਼ੇੜੀ ਹਾਂ ਕਾਲਜ ਵਿੱਚ ਤਾਂ ਫਿਰ ਇੱਕ ਜਿਵੇਂ ਨਸ਼ੇ ਵਾਲਾ ਮੁੰਡਾ ਬੋਲਦਾ ਫਿਰ ਜਦੋਂ ਮੈਂ ਗੈਂਗਸਟਰ ਟਰਨ ਹੋਇਆ ਤਾਂ ਇੱਕ ਆਵਾਜ਼ ਦੇ ਵਿੱਚ ਇੱਕ ਰੋਬ ਗੰਭੀਰਤਾ ਲੈ ਕੇ ਆਉਣੀ ਹੈ ਨਾ ਸਾਰਾ ਕੁਛ ਸੋ ਮੇਰੀ ਕੋਸ਼ਿਸ਼ ਰਹੀ ਆ ਬਾਕੀ ਕਿਵੇਂ ਦਾ ਲੱਗ ਰਿਹਾ ਸਾਰੀ ਇੰਡਸਟਰੀ ਅੱਜ ਸਾਥ ਦੇਣ ਆਈ ਤੇ ਫਿਲਮ ਦੇਖ ਰਹੀ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਮੈਂ ਹਮੇਸ਼ਾ ਇਹੀ ਫੀਲ ਕਰਦੀ ਹਾਂ ਕਿ ਇੰਡਸਟਰੀ ਸਾਡੀ ਬਹੁਤ ਛੋਟੀ ਹੈ ਇੱਕ ਦੂਜੇ ਨੂੰ ਸਪੋਰਟ ਕਰਨਾ ਚਾਹੀਦਾ ਹੁਣ ਕੋਈ ਪੁੱਛ ਰਿਹਾ ਸੀ ਕਿ ਹੋਰ ਵੀ ਫਿਲਮ ਲੱਗੀ ਆ ਅੱਜ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਹੜੀ ਕੀ ਤੁਸੀਂ ਤੁਹਾਡੀ ਫਿਲਮ ਕਿਉਂ ਦੇਖਣ ਮੈਨੂੰ ਲੱਗਦਾ ਤੁਸੀਂ ਦੋਨੋਂ ਫਿਲਮਾਂ ਦੇਖੋ ਸਾਰਿਆਂ ਨੂੰ ਸਪੋਰਟ ਕਰੋ ਸਾਡੀ ਇੰਡਸਟਰੀ ਬਹੁਤ ਛੋਟੀ ਜੀ ਫੈਮਿਲੀ ਵਰਗੀ ਇੰਡਸਟਰੀ ਹੈ ਸਾਰੇ ਆਏ ਨੇ ਆਮ ਵੈਰੀ ਹੈਪੀ ਬਹੁਤ ਐਕਸਾਈਟਮੈਂਟ ਹੈ ਕੀ ਬਾਤ ਹੈ ਜੀ ਅੱਛਾ ਅਮਰਦੀਪ ਸਿੰਘ ਗਿੱਲ ਦਾ ਜੋ ਸਿਨੇਮਾ ਹੈ ਉਹ ਵੱਖਰਾ ਹੈ ਹਾਂਜੀ ਉਹਨਾਂ ਵਿੱਚ ਕੰਮ ਕਰਨੇ ਬਹੁਤ ਭਾਗਾਂ ਵਾਲੀ ਗੱਲ ਹੈ ਉਹਨਾਂ ਬਾਰੇ ਕੀ ਕਹੋਗੇ ਆਫ ਕੋਰਸ ਮੇਰੀ ਆ ਸੈਕਿੰਡ ਫਿਲਮ ਹੀ ਹੈ ਤੇ ਮੈਨੂੰ ਆਈ ਫੀਲ ਬਲੈਸਡ ਕਿ ਆਈ ਗੋਟ ਟੂ ਵਰਕ ਵਿਦ ਹਿਮ ਉਹਨਾਂ ਦਾ ਤੁਸੀਂ ਦੇਖਿਆ ਕਿ ਡਾਇਰੈਕਸ਼ਨ ਕਿੰਨੀ ਜ਼ਿਆਦਾ ਸਟਰੋਂਗ ਆ ਕਿੰਨਾ ਵਧੀਆ ਸਕਰੀਨ ਦੇ ਉੱਤੇ ਪੰਜਾਬੀ ਫਿਲਮ ਦੇ ਹਿਸਾਬ ਨਾਲ ਮੈਨੂੰ ਲੱਗਿਆ ਕਿ ਬਹੁਤ ਇਟ ਵਾਜ਼ ਅਮੇਜ਼ਿੰਗ ਐਂਡ ਹੋਰ ਆਈ ਐਮ ਸ਼ੋਰ ਜੇ ਸਰ ਨੇ ਚਾਹਿਆ ਜਾਂ ਬਾਬਾ ਜੀ ਨੇ ਚਾਹਿਆ ਤੇ ਹੋਰ ਵੀ ਉਹਨਾਂ ਨਾਲ ਮੈਂ ਕੰਮ ਕਰਾਂਗੀ ਅੱਛਾ ਸਿੱਪੀ ਗਿੱਲ ਜੀ ਨੂੰ ਤੁਸੀਂ ਪਹਿਲੀ ਵਾਰ ਕੰਮ ਕੀਤਾ ਤੇ ਪਹਿਲਾਂ ਕਿੱਦਾਂ ਸੋਚਦੇ ਸੀਗੇ ਉਹਨਾਂ ਬਾਰੇ ਲੱਗਦਾ ਸੀ ਕਿ ਸ਼ਾਇਦ ਖੜਕੂ ਟਾਈਪ ਦੇ ਖੜੂਸ ਟਾਈਪ ਦੇ ਹੋਣਗੇ ਬਟ ਨਹੀਂ ਸੀ ਬਿਲਕੁਲ ਵੀ ਬਹੁਤ ਫਰੈਂਡਲੀ ਸੀ ਹੀ ਇਜ਼ ਐਨ ਅਮੇਜ਼ਿੰਗ ਕੋ ਐਕਟਰ ਬਹੁਤ ਕੁਛ ਸਿੱਖਣ ਨੂੰ ਮਿਲਿਆ ਹੀ ਵਾਜ਼ ਵੈਰੀ ਪੇਸ਼ੈਂਟ ਉਹਨਾਂ ਨੇ ਐਵੇਂ ਨਹੀਂ ਫੀਲ ਕਰਾਇਆ ਕਿ ਮੇਰੀ ਸੈਕਿੰਡ ਫਿਲਮ ਹੀ ਹੈ ਹੀ ਹੈਜ਼ ਬਿਨ ਡੂਇੰਗ ਸੋ ਮੈਨੀ ਸੌਂਗਸ ਤੇ ਔਫਕੋਰਸ ਹੀ ਇਜ਼ ਅ ਸੀਨੀਅਰ ਦੈਟ ਵੇ ਅਤੇ ਉਹਨਾਂ ਨੇ ਬਿਲਕੁਲ ਉਵੇਂ ਫੀਲ ਨਹੀਂ ਕਰਾਇਆ ਮੈਨੂੰ ਅਤੇ ਮੈਨੂੰ ਬਹੁਤ ਖੁਸ਼ੀ ਹੈ ਉਹਨਾਂ ਨਾਲ ਕੰਮ ਕਰਕੇ ਫਿਲਮ ਦੇਖਣ ਆਓ ਤੁਸੀਂ ਅਸੀਂ ਬਹੁਤ ਪਿਆਰ ਨਾਲ ਫਿਲਮ ਬਣਾਈ ਹੈ ਤੁਸੀਂ ਉਵੇਂ ਹੀ ਪਿਆਰ ਦਿਓ ਸਾਨੂੰ ਥੀਏਟਰਸ ਬਹੁਤ ਟਾਈਮ ਬਾਅਦ ਖੁੱਲ੍ਹੇ ਨੇ ਐਂਡ ਤੁਸੀਂ ਆਓਗੇ ਫਿਲਮ ਦੇਖੋਗੇ ਤਾਂ ਜੀ ਅਸੀਂ ਹੋਰ ਫਿਲਮਾਂ ਬਣਾਵਾਂਗੇ ਅਤੇ ਹੋਰ ਲੈ ਕੇ ਆਵਾਂ ਕਿਵੇਂ ਦਾ ਫੀਲ ਹੋ ਰਿਹਾ ਅੱਜ ਤੁਹਾਡੀ ਮਿਹਨਤ ਨੂੰ ਭਾਗ ਲੱਗ ਰਹੇ ਨੇ ਜੀ ਬਹੁਤ ਵਧੀਆ ਜਿਵੇਂ ਕਹਿੰਦੇ ਨਾ ਸੁੱਖਾ ਸੁੱਖ ਦੀ ਨੂੰ ਇਹ ਦਿਨ ਆਏ ਨਹੀਂ ਪਾਉਂਦੇ ਪੁੱਛ ਦੀ ਨੂੰ ਸੋ 2 ਸਾਲ ਹੋ ਗਏ ਜੀ 2 ਸਾਲਾਂ ਤੋਂ ਬਾਅਦ ਮਸਾਂ ਅੱਜ ਦਾ ਦਿਨ ਆਇਆ ਔਰ ਸੱਚੀਓ ਹੀ ਬਹੁਤ ਖੁਸ਼ ਹਾਂ ਮੈਂ ਸਾਰੇ ਬਹੁਤ ਖੁਸ਼ ਨੇ ਸਾਡੀ ਟੀਮ ਦੇ ਕੀ ਬਾਤ ਹੈ ਜੀ ਉਹ ਬਹੁਤ ਗੰਭੀਰ ਇਨਸਾਨ ਨੇ ਬਹੁਤ ਪਿਓਰ ਸੋਲ ਨੇ ਔਰ ਉਹਨਾਂ ਦਾ ਸਿਨੇਮਾ ਬਹੁਤ ਰੀਅਲ ਹੁੰਦਾ ਤੁਹਾਨੂੰ ਜਿਵੇਂ ਹੁਣ ਇਹ ਫਿਲਮ ਵੀ ਹੈ ਜਿਵੇਂ ਮੈਂ ਕਹਿ ਰਹੀ ਹਾਂ ਕਿ ਲੋਕ ਆਪਣੇ ਜ਼ਿਹਨ 'ਚ ਆਹ ਸਾਰੇ ਕਿਰਦਾਰਾਂ ਨੂੰ ਨਾਲ ਘਰ ਲੈ ਕੇ ਜਾਣਗੇ ਉਹ ਇੱਥੋਂ ਖਾਲੀ ਦਿਮਾਗ ਲੈ ਕੇ ਜਾ ਨਹੀਂ ਸਕਦੇ ਸੋ ਉਹਨਾਂ ਦੀ ਫਿਲਮ 'ਚ ਇੰਨੀ ਰਿਐਲਿਟੀ ਹੁੰਦੀ ਹੈ ਔਰ ਰਿਐਲਿਟੀ ਦੇ ਬਹੁਤ ਜ਼ਿਆਦਾ ਨੇੜੇ ਹੁੰਦੀ ਹੈ ਹਰ ਕਿਰਦਾਰ ਉਹਨਾਂ ਨੂੰ ਲੱਗੂਗਾ ਕਿ ਸਾਡੇ ਆਸੇ ਪਾਸੇ ਹੀ ਫਿਰਦਾ ਸੀ ਇਹ ਬੱਚੇ ਤਾਂ ਅਸੀਂ ਦੇਖਦੇ ਹਾਂ ਅਸੀਂ ਰੋਜ਼ ਦੇਖਦੇ ਹਾਂ ਇਹੋ ਜਿਹੇ ਬੱਚਿਆਂ ਨੂੰ ਨਾ ਸੋ ਇਹ ਖੂਬੀ ਆ ਉਹਨਾਂ ਦੀ ਕੀ ਬਾਤ ਹੈ ਜੀ ਅੱਛਾ ਸਿੱਪੀ ਜੀ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਸਿੱਪੀ ਜੀ ਨਾਲ ਮੇਰੇ ਹੈਗੇ ਨੇ 3-4 ਸੀਨ ਨੇ ਫਿਲਮ 'ਚ ਅਤੇ ਬਹੁਤ ਕੰਫਰਟੇਬਲ ਰੱਖਿਆ ਉਹਨਾਂ ਨੇ ਮੈਨੂੰ ਬਹੁਤ ਕੰਫਰਟੇਬਲੀ ਬਹੁਤ ਨੈਚੁਰਲ ਤਰੀਕੇ ਨਾਲ ਅਸੀਂ ਕੰਮ ਕੀਤਾ ਮਤਲਬ ਕੋਈ ਐਂ ਮੈਨੂੰ ਫੀਲ ਨਹੀਂ ਹੋਇਆ ਕਿ ਕਈ ਵਾਰੀ ਹੁੰਦਾ ਨਾ ਸਟਾਰਸ ਤੁਹਾਨੂੰ ਫੀਲ ਕਰਾਉਂਦੇ ਉਵੇਂ ਬਿਲਕੁਲ ਨਹੀਂ ਸੀ ਇਟਸ ਵੈਰੀ ਨਾਈਸ ਅੱਛਾ ਜੇ ਕਿਰਦਾਰ ਦੀ ਗੱਲ ਕਰੀਏ ਤੁਹਾਨੂੰ ਕਿੰਨਾ ਕੁ ਮੁਸ਼ਕਿਲ ਹੋਇਆ ਕਿਰਦਾਰ ਫੜਨਾ ਇਸ ਫਿਲਮ ਦੇ ਵਿੱਚ ਮੈਨੂੰ ਨਾ
मैं जो शुरू होंगी फिल्म या उदो मैं बहुत नर्वस होंगी हाँ मैं हों कि मैं मेरा हर करैक्टर ही लगता मेरे तो नहीं होना यह मैं कि आगे मेरे को मेरे तो नहीं होना इन्हों मैं इन्नी स्ट्रोंग एक्ट्रेस किमें लगती हाँ बहुत औखा काम है तो मैं नहीं पता कि वाहगुरू मैं कदों करके वाहगुरू ने मेरी बांह फट लिया वाहगुरु तो किमें मैं करके जो वापस आनी मैं लगता वाह मैं तो करके आ गई ऐ हों पता नहीं लगता मैजिक हो जाता मैं नहीं पता क्या बात है जी। अच्छा 7 साल की उम्र के सुपना आप पिता जी के देखा कि मैं फिल्म मेकर बना तो अब सुपना पूरा हो रहा है किमें लग रहा है की कहना चाहते हो। हाँ जी मेरा सुपना जोरा 10 नंबरिया वेले पूरा हो गया 2017 च हूँ उस सुपने का विस्थार आ जोड़ा वो हो रहा है मैं बड़ी खुशी है और आने वाले टाइम हले होर भी बहुत सारा मैं काम करना परमात्मा मैनू तंदुरुस्ती देवे तुहाडा भरावां दा सारिआं दा साथ देवे इस करके काम बहुत ने करन वाले। जाने फिल्म थोड़े किन्नी कु नज़दीक है? मेरे हर फिल्म ही नज़दीक हुंदी जिहड़ी गल मेरे नज़दीक नहीं उह मैं काम करदा ही नहीं जिहड़ा बंदा मेरे नज़दीक नहीं गा दिल दे उह मेरा दोस्त ही नहीं गा मेरे नज़दीक आ जिहड़े बंदे उह चंगे ही बंदे ने जिन्हां बंदिआं नूं मैं जाणदा मेरा मेरी दोस्ती दे घेरे च जिहड़े बंदे आउंदे ने ਤੁਸੀਂ ਆਪ ਹੀ ਸਮਝ ਲਓ ਕਿ ਉਹ ਚੰਗੇ ਬੰਦੇ ਨੇ। ਕੀ ਬਾਤ ਹੈ ਜੀ। ਭਈ ਉਹਨਾਂ ਨਾਲ ਕੰਮ ਕਰਨਾ ਇੱਕ ਬਹੁਤ ਵੱਡੀ ਗੱਲ ਹੈ ਸਾਡੇ ਕੋਲ ਕਿਉਂਕਿ ਉਹ ਜੋ ਵੀ ਉਹਨਾਂ ਦੀ ਚਾਹੇ ਲਿਖਤ ਲਾ ਲਓ ਚਾਹੇ ਡਾਇਰੈਕਸ਼ਨ ਲਾ ਲਓ ਉਹ ਸਾਰਾ ਕੁਝ ਉਹਨਾਂ ਜੋ ਜ਼ਿੰਦਗੀ 'ਚ ਹੰਡਾਇਆ ਉਹ ਜੋ ਲਿਖਦੇ ਨੇ ਉਹ ਰੀਅਲ ਲਾਈਫ ਇੰਸੀਡੈਂਟ ਨਾਲ ਬੇਸਡ ਹੈ ਜੀ ਅਤੇ ਇਹ ਫਿਲਮ ਵੀ ਆਏ ਇਹ 'ਚ ਇਮੈਜੀਨੇਸ਼ਨ ਕੁਛ ਵੀ ਨਹੀਂ ਹੈ ਜੋ ਸੱਚੀਆਂ ਘਟਨਾਵਾਂ ਹੋਈਆਂ ਨੇ ਰੀਅਲ ਲਾਈਫ ਬੇਸਡ ਹੋਈਆਂ ਨੇ ਜੀ ਉਹ ਉਹਨਾਂ ਨੇ ਪੋਰਟਰੇ ਕੀਤੀਆਂ ਅਤੇ ਉਹਨਾਂ ਨਾਲ ਕੰਮ ਕਰਕੇ ਤਾਂ ਬਹੁਤ ਵਧੀਆ ਲੱਗਿਆ ਜੀ। ਅੱਛਾ ਜੇਕਰ ਕਿਰਦਾਰ ਦੀ ਗੱਲ ਕਰੀਏ ਕਿੰਨਾ ਕੁ ਔਖਾ ਤੁਹਾਨੂੰ ਕਿਰਦਾਰ ਦੇ ਵਿੱਚ ਆਉਣ ਦਾ ਲੱਗਾ? ਕਿਰਦਾਰ ਆਏ ਆ ਜੀ ਦੇਖੋ ਕਿਉਂਕਿ ਕੁਛ ਕੁ ਐਲੀਮੈਂਟ ਜੋ ਮੈਂ ਕਰੈਕਟਰ ਪਲੇ ਕੀਤਾ ਬੁਲਟ ਦਾ ਕੁਛ ਕੁ ਐਲੀਮੈਂਟ ਮੇਰੇ ਨਾਲ ਪਰਸਨੈਲਿਟੀ ਨਾਲ ਰਿਲੇਟ ਕਰਦੇ ਆ ਓਕੇ ਅਤੇ ਕੁਛ ਕੁ ਐਲੀਮੈਂਟ ਜਿਵੇਂ ਐਜ਼ ਐਨ ਐਕਟਰ ਇੱਕ ਬੰਦੇ ਨੂੰ ਇੰਵਾਈਵ ਕਰਨੇ ਪੈਂਦੇ ਆ ਬਿਲਕੁਲ ਉਹ ਮੈਂ ਕੀਤਾ ਜੀ ਅਤੇ ਮਤਲਬ ਮਿਕਸਡ ਕਹਿ ਸਕਦੇ ਤੁਸੀਂ ਮੇਕ ਕੁਛ ਕੁ ਐਲੀਮੈਂਟ ਮੇਰੇ ਵਿੱਚ ਆਲਰੇਡੀ ਹੈਗੇ ਸੀ ਅਤੇ ਕੁਛ ਮੈਂ ਆਪ ਐਜ਼ ਐਨ ਐਕਟਰ ਮਿਹਨਤ ਕਰਕੇ ਉਹ ਚੀਜ਼ ਆਪਦੇ ਅੰਦਰ ਲੈ ਕੇ ਆਇਆ। ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਜਦੋਂ ਅਮਰਦੀਪ ਭਾਈ ਦਾ ਸਫ਼ਰ ਸ਼ੁਰੂ ਹੋਇਆ ਫੀਚਰ ਫਿਲਮਾਂ ਦਾ ਅਤੇ ਮੈਂ ਉਹਨਾਂ ਦੇ ਨਾਲ ਸੀ ਜੋਰਾ ਦਾ ਵੀ ਮਿਊਜ਼ਿਕ ਮੈਂ ਕੀਤਾ ਸੀ ਪਾਰਟ 1 ਦਾ ਅਤੇ ਉਹਨਾਂ ਨੇ ਪੰਜਾਬੀ ਸਿਨੇਮੇ ਨੂੰ ਇੱਕ ਨਵੀਂ ਡਾਇਰੈਕਸ਼ਨ ਦਿੱਤੀ ਹੈ ਇੱਕ ਨਵਾਂ ਆਯਾਮ ਦਿੱਤਾ ਹੈ ਕਿ ਸਿਨੇਮਾ ਇੱਦਾਂ ਦਾ ਵੀ ਹੋ ਸਕਦਾ ਪੰਜਾਬੀ ਸੋ ਮੈਨੂੰ ਬਹੁਤ ਖੁਸ਼ੀ ਹੈ ਔਰ ਹੁਣ ਬਹੁਤ ਸਾਰੇ ਲੋਕ ਉਹਨਾਂ ਦੇ ਦਿਖਾਏ ਹੋਏ ਰਸਤੇ 'ਤੇ ਜਾਂ ਉਹਨਾਂ ਦੇ ਬਣਾਏ ਹੋਏ ਰਸਤੇ 'ਤੇ ਤੁਰ ਰਹੇ ਆ ਔਰ ਪੰਜਾਬੀ ਸਿਨੇਮਾ ਇੱਕ ਬਹੁਤ ਪੋਜ਼ੀਟਿਵ ਚੇਂਜ ਵੱਲ ਜਾ ਰਿਹਾ। ਅੱਛਾ ਸਾਡੇ ਦਰਸ਼ਕਾਂ ਨੂੰ ਫਿਲਮ ਬਾਰੇ ਕੀ ਕਹੋਗੇ? 10 ਦਸੰਬਰ ਨੂੰ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ ਦੇਖਣੀ ਹੈ ਸਾਰਿਆਂ ਨੇ ਜਾ ਕੇ ਔਰ ਇੰਜੋਏ ਕਰਨਾ ਮੈਨੂੰ ਪੂਰੀ ਉਮੀਦ ਹੈ ਪੂਰਾ ਯਕੀਨ ਹੈ ਉਮੀਦ ਨਹੀਂ ਯਕੀਨ ਹੈ ਕਿ ਫਿਲਮ ਬਹੁਤ ਘੈਂਟ ਹੈ। ਅੱਛਾ ਜੇਕਰ ਕਿਰਦਾਰ ਦੀ ਗੱਲ ਕਰੀਏ ਤੁਹਾਨੂੰ ਕਿੰਨੀ ਮਿਹਨਤ ਕਰਨੀ ਪਈ ਕਿਰਦਾਰ ਦੇ ਵਿੱਚ ਆਉਣ ਲਈ? ਐਕਚੁਲੀ ਜਿਹੜੇ ਇਸ ਫਿਲਮ ਵਿੱਚ ਮੇਰਾ ਕਿਰਦਾਰ ਆ ਉਹ ਥੋੜ੍ਹਾ ਜਿਹਾ ਡਿਫਰੈਂਟ ਆ ਜੀ ਲੁੱਕ 'ਤੇ ਐਕਸਪੈਰੀਮੈਂਟ ਕੀਤਾ ਗਿਆ ਉੱਥੇ ਬਿਲਕੁਲ ਅਤੇ ਕਾਫੀ ਟਾਈਮ ਬਾਅਦ ਮੈਂ ਕੱਢੀ ਜਾ ਰਿਹਾ ਪਹਿਲਾਂ ਫਿਲਮ ਮੇਰੀ ਕੱਢੀ ਜਾ ਚੁੱਕੀ ਹੈ ਲੇਕਿਨ ਹੁਣ ਕਾਫੀ ਲੰਬੇ ਸਮੇਂ ਤੋਂ ਬਾਅਦ ਗੈਪ ਤੋਂ ਬਾਅਦ ਮੈਂ ਕੱਢੀ ਜਾ ਰਿਹਾ ਸੋ SSP ਵਿਕਰਮ ਚੌਹਾਨ ਜਿਹਦੇ ਉੱਤੇ ਬਠਿੰਡੇ ਸ਼ਹਿਰ ਦਾ ਬੋਝ ਹੈ ਕਿ ਉਹਨੇ ਲਾਅ ਐਂਡ ਆਰਡਰ ਮੇਨਟੇਨ ਰੱਖਣਾ ਆ ਸੋ ਉਹਦੀ ਲੁੱਕ ਚੇਂਜ ਕੀਤੀ ਅਤੇ ਕਿਰਦਾਰ ਤਾਂ ਬਾਈ ਨਾਲ ਇਹ ਹੁੰਦਾ ਕਿ ਬਾਈ ਉਹਨਾਂ ਨੇ ਡਿਸਕਸ ਕਰਕੇ ਛੇਤੀ ਸਮਝ ਆ ਜਾਂਦਾ ਕਿਉਂਕਿ ਉਹ ਆਪਦੇ ਕਿਰਦਾਰਾਂ ਲਈ ਕਲੀਅਰ ਹੁੰਦੇ ਨੇ ਬੜਾ ਮਜ਼ਾ ਆਇਆ ਕੰਮ ਦਾ। ਕਿਆ ਬਾਤ ਹੈ ਜੀ। ਜੀ ਸਿੱਪੀ ਵਰਗਾ ਬੰਦਾ ਬਹੁਤ ਘੱਟ ਹੁੰਦਾ ਹੈ ਇਜ਼ ਵੈਰੀ ਡਾਊਨ ਟੂ ਅਰਥ ਬੀਂਗ ਸੱਚ ਅ ਬਿਗ ਸਟਾਰ ਲਾਈਕ ਇਨ ਸਿੰਗਿੰਗ ਗਾਣਿਆਂ ਦੇ ਵਿੱਚ ਉਹਨਾਂ ਦਾ ਇੰਨਾ ਵੱਡਾ ਨਾਂ ਹੈਗਾ ਉਹਦੇ ਬਾਵਜੂਦ ਵੀ ਇਜ਼ ਵੈਰੀ ਡਾਊਨ ਟੂ ਅਰਥ ਪਰ ਉਹਨਾਂ ਨਾਲ ਕੰਮ ਕਰਕੇ ਬਹੁਤ ਹੀ ਮਜ਼ਾ ਆਇਆ ਸਾਨੂੰ ਇਸ ਤਰ੍ਹਾਂ ਲੱਗਾ ਹੀ ਨਹੀਂ ਕਿ ਅਸੀਂ ਕੋਈ ਪਿਕਚਰ ਦੀ ਸ਼ੂਟ ਕਰਨ ਡਿਆ ਇਸ ਤਰ੍ਹਾਂ ਲੱਗਣ ਡਿਆ ਸੀ ਕਿ ਜਿਸ ਤਰ੍ਹਾਂ ਕੋਈ ਘਰ ਦੇ ਮਾਹੌਲ ਦੇ ਵਿੱਚ ਅਸੀਂ ਕੋਈ ਇਹੋ ਜਿਹਾ ਫੰਕਸ਼ਨ ਕਰਨ ਡਿਆ ਐਂਡ ਉਹ ਪਾਰਟੀਸਪੇਟ ਕਰਨ ਡਿਆ ਸੋ ਦ ਟੀਮ ਵਰਕ ਵਾਸ ਐਕਸਲੈਂਟ ਸੋ ਐਵਰੀਬਾਡੀ ਇੰਜੋਇਡ ਇਨ ਦੈਟ ਲਾਜ਼ਮੀ ਹੈ ਦਿਖਾਉਣੀ ਆ ਮੈਂ ਇਹ ਚੀਜ਼ ਕਹੂੰਗਾ ਕਿ ਦੇਖੋ ਅਸੀਂ ਯੰਗ ਜਨਰੇਸ਼ਨ 'ਚ ਹੀ ਆਉਂਦੇ ਹਾਂ ਹਲੇ ਅਸੀਂ ਬਹੁਤ ਬੁੜੇ ਨਹੀਂ ਹੋ ਗਏ ਬਟ ਇਹ ਕੀ ਹੈ ਕਿ ਇੱਕ ਤਾਂ ਇਸ ਚੀਜ਼ ਬੜੀ ਵਧੀਆ ਚੀਜ਼ ਹੈ ਕਿ ਅੱਖਾਂ ਬੰਦ ਕਰਕੇ ਕਿਸੇ 'ਤੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਤੁਹਾਨੂੰ ਕਿਸੇ ਰਾਹ ਤੋੜਦਾ ਤੁਹਾਨੂੰ ਵੀ ਪਤਾ ਨਹੀਂ ਲੱਗਦਾ ਜੋ ਫਿਲਮ 'ਚ ਬੜਾ ਦਿਖਾਇਆ ਗਿਆ ਕਿ ਕਾਲਜ ਦੇ ਮੁੰਡਿਆਂ ਨੂੰ ਕਿਵੇਂ ਗਲਤ ਰਾਹ 'ਤੇ ਪਾਇਆ ਜਾਂਦਾ ਸੀ ਉਹ ਨਿਕਲਣਾ ਚਾਹੁੰਦਾ ਸੀ ਬਟ ਫਿਰ ਵੀ ਉਹਨੂੰ ਧੱਕੇ ਨਾਲ ਪਾਤਾ ਇੱਕ ਫੋਟੋ ਦੇ ਜ਼ਰੀਏ ਦਿਖਾਇਆ ਗਿਆ ਉਹ ਬਹੁਤ ਹੀ ਬਹੁਤ ਮੈਸੇਜ ਛੋਟਾ ਸੀਨ ਹੈ ਪਰ ਮੈਸੇਜ ਬੜਾ ਵੱਡਾ ਫੋਟੋ ਉੱਤੇ ਪੁੱਛ ਸਕਿਆ ਅੱਜ ਵੀ ਹੁੰਦਾ ਮੈਂ ਝੂਠ ਕਹੂੰਗਾ ਨਹੀਂ ਅੱਜ ਨਹੀਂ ਹੁੰਦਾ ਅੱਜ ਵੀ ਕਈ ਥਾਂ 'ਤੇ ਹੁੰਦਾ ਜਿਨ੍ਹਾਂ ਕੋਲ ਪੈਸਾ ਹੈ ਉਹ ਕਰਵਾਉਂਦੇ ਹੈ ਕੋਈ ਦੁਸ਼ਮਣ 'ਚ ਕਰਵਾਉਂਦਾ ਸੋ ਆਪਣੇ ਆਪ ਨੂੰ ਮੈਂ ਤਾਂ ਕਹੂੰਗਾ ਵੀ ਬੜਾ ਵਧੀਆ ਮੈਸੇਜ ਵੀ ਔਰ ਵਧੀਆ ਉਮਦਾ ਫਿਲਮ ਬਣਾਈ ਹੈ
ਕੀ ਸੱਚੀ ਗੱਲ ਹੈ ਜੀ, ਅਮਰਦੀਪ ਸਿੰਘ ਜੀ ਦੀ ਇਹ ਖੂਬੀ ਹੈ ਜੀ, ਜੋਰਾ 10 ਨੰਬਰੀ ਆ ਉਹਦੇ ਵਿੱਚ ਵੀ ਦਿਖਾਇਆ ਸੀਗਾ ਕਿ ਗੁੰਡਿਆਂ ਦੀ ਆਖਰੀ ਪਨਾਹ ਰਾਜਨੀਤੀ ਆ, ਉਹ ਇਹਦੇ ਵਿੱਚ ਵੀ ਦਿਖਾਇਆ ਹੈ ਕਿ ਕਿਵੇਂ ਇੱਕ ਮਾਂ ਆਪਣੇ ਬੇਟੇ ਲਈ ਤੜਫਦੀ ਆ, ਹੈ ਨਾ ਜੀ। ਬਿਲਕੁਲ, ਉਹਨਾਂ ਬਾਰੇ ਕੀ ਕਹੋਗੇ ਅਮਰਦੀਪ ਸਿੰਘ ਜੀ ਬਾਰੇ? ਉਹਨਾਂ ਬਾਰੇ ਵਰਡ ਕਿੱਥੇ ਹੈਗਾ, ਕੋਈ ਵਰਡ ਜੇ ਮੈਂ ਕਹਿੰਦਾ ਜੇ ਕੋਈ ਵਰਡ ਬਣਿਆ ਨਹੀਂ ਹੈ, ਕਿਵੇਂ ਹਰ ਕਰੈਕਟਰ ਨੂੰ ਛਾਂਟਣਾ, ਲੱਭਣਾ, ਉਸ 'ਤੇ ਫਿਰ ਕੰਮ ਕਰਨਾ ਕਰੈਕਟਰ ਨੂੰ ਲੈ ਕੇ ਕਿ ਬਈ ਕਰੈਕਟਰ ਮੈਨੂੰ ਫਿਲਮ 'ਚ ਆਹ ਬੰਦਾ ਐਵੇਂ ਹੀ ਚਾਹੀਦਾ ਅਤੇ ਐਵੇਂ ਹੀ ਹੋਏਗਾ। ਬਿਲਕੁਲ, ਬਾਈ ਸਿੱਪੀ ਨੂੰ ਜਿਵੇਂ ਬਾਈ ਸਿੱਪੀ ਵੱਲੋਂ ਜਿਵੇਂ ਉਹਨਾਂ ਨੇ ਦਿਖਾਇਆ ਬਣਾਇਆ ਕਮਾਲ, ਫਿਰ ਨਾਲ ਦੇ ਇੱਕ ਆਰਟਿਸਟ ਬਣਾਏ ਜਿਵੇਂ ਆਪਣੇ ਪਿੱਛੇ ਖੜੋਤੇ ਸਾਡੇ ਆਪਣੇ ਖੜੇ ਆਰਟਿਸਟ, ਅਤੇ ਇਹਨਾਂ ਨੂੰ ਕਿਵੇਂ ਉਹਨਾਂ ਨੇ ਬਣਾ ਕੇ ਪ੍ਰਜੈਂਟ ਕੀਤਾ ਕਿ ਉਹ ਮੁੰਡੇ ਘਰੋਂ ਨਿਕਲ ਗਏ ਤਾਂ ਉਹ ਤੋਂ ਨਿਕਲ ਗਏ ਵਾ, ਫਿਰ ਉਹਨਾਂ ਨੂੰ ਦਾੜੀਆਂ ਵੱਧ ਗਈਆਂ, ਫਿੱਕੇ ਪੈ ਗਏ, ਜਿਹੜਾ ਬੰਦਾ ਘਰੇ ਹੁੰਦਾ ਦੇਖੋ ਕਿਵੇਂ ਲਾਲੀ ਹੁੰਦੀ ਗੱਲਾਂ ਦੇ ਮਾਂ ਦੇ ਕਰਾਰ ਘਰ ਦੀ ਰੋਟੀ ਖਾਣੀ, ਉਹ ਇੱਕ ਨਾ ਕਹਿ ਲਓ ਕਿ ਵੀ ਉਹ ਡੀਪ ਅੰਦਰ ਤੱਕ ਜਾ ਕੇ ਫਿਰ ਉਹਨੂੰ ਨਿਖਾਰ ਕੇ ਬਾਹਰ ਕੱਢਦੇ ਆ ਕਿ ਹਾਂ ਇਹ ਮੇਰਾ ਕਰੈਕਟਰ। ਸੱਚੀ ਗੱਲ ਹੈ, ਜਿਵੇਂ ਕੇਸਰ ਬਾਈ, ਕੇਸਰ ਕਿਆ ਬਾਤ, ਕਿਆ ਬਾਤ ਵੀ ਇਸ ਮੈਂ ਸੋਚ ਨਹੀਂ ਸਕਦਾ ਜਦੋਂ ਉਹਨਾਂ ਨੇ ਡਾਇਲੋਗ ਪਹਿਲਾਂ ਬੋਲਿਆ ਕਿ ਇੱਕ ਵੋਕਲ 'ਤੇ ਜਿਹੜਾ ਉਹਨਾਂ ਨੇ ਕਮਾਂਡ ਪਾਇਆ ਰਾਜਸਥਾਨੀ ਬੋਲੀ ਜਿਹੜੀ ਬੋਲੀ ਹੈ ਬਾਗਣੀ ਬੋਲੀ, ਉਹਨਾਂ ਨੇ ਮੇਰੇ ਕੋਲ ਵਰਡ ਨਹੀਂ ਹੈ ਕਿ ਉਹਨਾਂ ਨੂੰ ਮੈਂ 3 ਵਾਰ ਉਹਨਾਂ ਨੂੰ ਮੈਂ ਸਲਿਊਟ ਕੀਤਾ ਇਸ ਚੀਜ਼ ਦੇ ਉੱਤੇ ਕੇਸਰ ਬਾਈ ਨੂੰ, ਕੁਲਰਾਜ ਸਿੱਧੂ ਨੂੰ, ਕਿ ਵੀ ਆਹ ਮਜ਼ਾ ਆ ਗਿਆ ਕਿਉਂਕਿ ਮੇਰੇ ਲੋਜ਼ ਉੱਧਰ ਏਰੀਆ ਨਾਲ ਲੱਗਦਾ ਐਲਨਾਬਾਦ ਸਰਸਾ, ਐਲਨਾਬਾਦ ਦਾ ਲਾਸਟ ਬਾਰਡਰ ਟੂ ਹਨੂੰਮਾਨਗੜ੍ਹ ਅਟੈਚ ਹੁੰਦਾ ਅਤੇ ਉੱਥੇ ਬਾਗੜੀ ਬਾਗੜੀ ਬੋਲੀ ਜਾਂਦੀ ਆ, ਇਹ ਨਹੀਂ ਹੈਗੀ ਬੋਲੀ ਜਾਂਦੀ ਹੈ ਬੋਲੀ, ਅਤੇ ਉਸ ਚੀਜ਼ ਨੂੰ ਮੈਂ ਸਮਝ ਸਕਦਾ ਕਿ ਮੇਰੇ ਨਾਲ ਜਦੋਂ ਗੱਲਾਂ ਕਰਦੇ ਤਾਂ ਮੇਰੇ ਕਹਿ ਕੀ ਰਹੇ ਆ ਇਹ, ਐਵੇਂ ਕਹਿੰਦੇ ਐਵੇਂ ਬੋਲਦੇ ਆ, ਮੈਂ ਬੋਲਣ ਦੀ ਕੋਸ਼ਿਸ਼ ਕੀਤੀ ਪਰ ਮੇਰੇ ਤੋਂ ਨਹੀਂ ਬੋਲੀ ਜਾਂਦੀ, ਪਰ ਉਹ ਕੇਸਰ ਵੈਨੇ ਕੁਲਰਾਜ ਨੇ ਜੋ ਉਸ 'ਤੇ ਸਟੈਂਪ ਮਾਰੀ ਨਾ ਇੱਕ ਆਪਣੇ ਅੱਜ ਅਲਟੀਮੇਟ, ਮੈਂ ਸਲਿਊਟ ਕਰਦਾ ਪੂਰੀ ਟੀਮ ਨੂੰ, ਡਾਇਰੈਕਸ਼ਨ ਟੀਮ ਦਾ, ਅਮਰਦੀਪ ਬਾਈ ਦਾ ਅਤੇ ਪੂਰੇ ਸਾਰੇ ਕਲਾਕਾਰਾਂ ਦਾ, ਅਤੇ ਦਿਲੋਂ ਮੈਂ ਕਹਿੰਦਾ ਕਿ ਮਜ਼ਾ ਆ ਗਿਆ ਫਿਲਮ ਦੇਖ ਕੇ, ਅਸੀਂ ਫਿਲਮਾਂ ਵੇਖਦੇ ਹਾਂ ਪਰ ਇੱਕ ਸਮਾਂ ਬੰਨ ਕੇ ਜਿਹੜਾ ਬਿਠਾ ਕੇ ਰੱਖਿਆ ਉੱਠਣ ਨਹੀਂ ਦਿੱਤਾ, ਮਜ਼ਾ ਆ ਗਿਆ ਮੈਂ ਕਿ ਇਹਨਾਂ ਇੰਟਰਵਲ 'ਚ ਵੀ ਬਾਹਰ ਨਹੀਂ ਆਇਆ, ਮੈਂ ਉੱਥੇ ਬੈਠੇ ਰਹੇ ਸੀ ਕਿ ਜਲਦੀ ਸ਼ੁਰੂ ਹੋ ਜਾਏ ਯਾਰ ਦੇਖੀਏ ਕੀ ਹੋਣਾ ਅੱਗੇ ਕੀ ਹੋਣਾ। ਪ੍ਰੈਜੈਂਟੇਸ਼ਨ ਜਿਹੜੀ ਫਿਲਮ ਦੀ ਭਾਈ ਨੇ ਜੋ ਬਾਬਾ ਜੀ ਨੇ ਸ਼ੁਰੂ ਕੀਤੀ ਹੈ ਨਾ ਦਿਖਾਈ ਆ ਕਿਵੇਂ ਕਿਵੇਂ ਕਿਵੇਂ, ਉਹ ਹਰ ਕਰੋਸ ਜਾਂਦੇ ਕਿ ਯਾਰ ਅੱਛਾ ਇਹ ਹੋਇਆ ਕੀ ਹੋਊਗਾ ਇਹਦੇ ਨਾਲ, ਐਂ ਹੋਇਆ ਕੀ ਇਹਨੂੰ ਯਾਰ, ਕਿਉਂ ਪੋਸਟ ਕਿਉਂ ਚੱਕ ਕੇ ਲੈ ਗਈ, ਇਮੋਸ਼ਨਲ ਸਬਜੈਕਟ ਹੈ, ਚੰਗਾ ਸਬਜੈਕਟ ਹੈ, ਜ਼ਰੂਰ ਦੇਖਣਾ ਚਾਹੀਦਾ ਸਾਰਿਆਂ ਨੂੰ। ਸਾਡੇ ਵਰਗੇ ਨੌਜਵਾਨ ਜਿਹੜੇ ਯੂਥ ਇੱਕ ਰਾਹ ਤੋਂ ਗਲਤ ਡਾਇਰੈਕਸ਼ਨ 'ਚ ਅਣਜਾਣ 'ਚ ਅਣਜਾਣੇ 'ਚ ਪੈ ਗਏ, ਉਹਨਾਂ ਦੀ ਕਹਾਣੀ ਹੈ ਬਟ ਕਾਫੀ ਵਧੀਆ ਟੱਚਿੰਗ ਹੈ, ਸਭ ਨੂੰ ਦੇਖਣੀ ਚਾਹੀਦੀ ਹੈ, ਬਹੁਤ ਅੱਛੀ ਫਿਲਮ ਹੈ, ਕਿਉਂਕਿ ਅਮਰਦੀਪ ਭਾਅ ਜੀ ਨਾਲ ਮੇਰਾ ਪਿਛਲੇ 25 ਸਾਲਾਂ ਦਾ ਵਾਅ ਹੈ, ਅਤੇ ਇਹ ਫਿਲਮਾਂ ਦੇ ਥੀਮ ਜਦੋਂ ਜਾਂ ਈਵਨ ਉਹ ਗਾਣਿਆਂ ਦੇ ਜਿਹੜੇ ਥਾਟ ਆ ਉਹਨਾਂ ਦੇ ਮਨ 'ਚ ਆਉਂਦੇ ਆ ਤਾਂ ਮੈਂ ਗਵਾਹ ਹੈ, ਅਤੇ ਉਹ ਡੈਡੀਕੇਟਡ ਕਿੰਨੇ ਇਸ ਗੱਲ ਦਾ ਮੈਂ ਗਵਾਹ ਹੈ, ਅਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਉਹਨਾਂ ਦੇ ਬਹੁਤ ਵੱਡੇ ਆ। ਸੋਰੀ, ਸੁਪਨੇ ਹੈ ਪੂਰੇ ਹੋਏ ਨੇ, ਤੋ ਅੱਛਾ ਲੱਗਾ, ਬਹੁਤ ਅੱਛਾ ਲੱਗਾ, ਜਦੋਂ ਭਰਾਵਾਂ ਦਾ ਕੋਈ ਸੁਪਨਾ ਪੂਰਾ ਹੁੰਦਾ ਬਹੁਤ ਅੱਛਾ ਲੱਗਦਾ, ਅਤੇ ਕਿਉਂਕਿ ਮੇਰੇ ਤਾਂ ਪਰਿਵਾਰ ਦੀ ਫਿਲਮ ਹੈ, ਮੇਰੇ ਵੱਡੇ ਭਰਾ ਦੀ ਫਿਲਮ ਹੈ, ਮੇਰੇ ਉਸਤਾਦ ਦੀ ਫਿਲਮ, ਪਤਾ ਨਹੀਂ ਕਿਹੜੇ ਕਿਹੜੇ ਰਿਸ਼ਤੇ ਆ ਮੇਰੇ ਉਹਨਾਂ ਨਾਲ, ਅਤੇ ਮਤਲਬ ਜਿੰਨਾ ਮਰਜ਼ੀ ਬੋਲੇ ਜਾਵਾਂ ਬਹੁਤ ਥੋੜ੍ਹਾ ਰਹੂ, ਅਤੇ ਬਾਕੀ ਕਿਉਂਕਿ ਮੈਨੂੰ ਪਤਾ ਕਿ ਉਹਨਾਂ ਦੀ ਜਿਹੜੀ ਆਦਤ ਹੈ ਜਾਂ ਪਰਸਨੈਲਿਟੀ ਹੈ ਸ਼ਖਸੀਅਤ ਹੈ ਉਹ ਇੰਨੇ ਜਨੂੰਨੀ ਨੇ, ਇੰਨੇ ਮਿਹਨਤੀ ਨੇ, ਅਤੇ ਮੈਂ ਬਹੁਤ ਵੱਡਾ ਗਵਾਹ ਹਾਂ ਕਿਉਂਕਿ ਮੈਂ ਉਹਨਾਂ ਨੂੰ ਉਹਨਾਂ ਦੇ ਹਾਸਿਆਂ 'ਚ ਹੱਸਿਆ, ਉਹਨਾਂ ਦੇ ਰੋਣਿਆਂ 'ਚ ਰੋਇਆ, ਇਸ ਕਰਕੇ ਮੈਨੂੰ ਬਹੁਤ ਵੱਡਾ ਮਾਣ ਮਹਿਸੂਸ ਹੋਇਆ, ਔਰ ਮੈਂ ਦਰਸ਼ਕਾਂ ਨੂੰ ਜ਼ਰੂਰ ਅਪੀਲ ਕਰਦਾ ਕਿ ਫਿਲਮ ਜ਼ਰੂਰ ਦੇਖਣ, ਅਤੇ ਮੈਨੂੰ ਲੱਗਦਾ ਕਿ ਬਹੁਤ ਬਹੁਤ ਸਾਰੇ ਸਵਾਲ ਉਹਨਾਂ ਦੇ ਮਨ 'ਚ ਉੱਠਣਗੇ, ਪਰ ਸੁਸਾਇਟੀ ਲਈ ਬਹੁਤ ਸਾਰੇ ਸਵਾਲ ਛੱਡਦੀ ਹੈ ਫਿਲਮ ਸਮਾਜ ਲਈ, ਸਾਡੇ ਸਾਰਿਆਂ ਲਈ, ਅਤੇ ਮੈਂ ਜ਼ਿਆਦਾ ਨਹੀਂ ਕਹਿ ਸਕਦਾ, ਫਿਲਮ ਦੇਖ ਕੇ ਹਰੇਕ ਬੰਦੇ ਦਾ ਆਪਦਾ ਮਨ ਹੈ ਜੋ, ਅਤੇ ਬਹੁਤ ਅੱਛਾ ਲੱਗਿਆ, ਮਾਲਕ ਜਿਹੜੇ ਉਹਨਾਂ ਦੇ ਹੋਰ ਸੁਪਨੇ ਆ ਉਹ ਵੀ ਪੂਰੇ ਕਰੇ, ਔਰ ਬਹੁਤ ਜਲਦੀ ਬਹੁਤ ਕਈ ਸਕਿੰਟਾਂ 'ਤੇ ਕੰਮ ਚੱਲ ਰਿਹਾ, ਅਤੇ ਮੈਂ ਅਮਰਦੀਪ ਗਿੱਲ ਭਾਅ ਜੀ ਨੂੰ ਔਰ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਅਤੇ ਉਹਨਾਂ ਦੇ ਜਿਹੜਾ ਭਵਿੱਖ ਹੈ
शुभकामना। बिल्कुल सच्ची गल है जी, असी गल्लां जरूर सुनिया सीगियां अपनियां मावां तों कि इदां होया, बट अज सिप्पी बाई होरां ने सानूं पर्दे ते वड्डे पर्दे ते दिखाया कि सच्ची जो मावां सीगियां उहनां दा दुख सच्ची, उहनां दे पुत जिहड़े ने घरों दूर हो के ते दूजी ਲੈ ਦੇ ਵਿੱਚ ਤੁਰ ਗਏ ਸੀਗੇ, ਹੈ ਨਾ। ਸੋ ਕੀ ਕਹਿਣਾ ਇੱਕ ਵਾਰ ਜ਼ਰੂਰ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਬਸ ਬੇਨਤੀ ਕਰੂੰਗਾ, ਤੁਸੀਂ ਆਓ ਥੀਏਟਰਸ ਵਿੱਚ ਪਰਿਵਾਰ ਦੇ ਨਾਲ ਆਓ, ਆਪਣੀਆਂ ਮਾਵਾਂ ਨਾਲ, ਆਪਣੇ ਬੱਚਿਆਂ ਦੇ ਨਾਲ, ਆਪਦੇ ਫਾਦਰ ਦੇ ਨਾਲ ਆਓ, ਸਾਰੇ ਪਰਿਵਾਰ ਆਓ ਅਤੇ ਤੁਸੀਂ ਫਿਲਮ ਦੇਖ ਕੇ ਸਾਨੂੰ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਲੱਗੀ। ਮੈਂ ਡੈਫੀਨੇਟਲੀ ਸ਼ੋਰ ਹਾਂ ਕਿ ਤੁਹਾਨੂੰ ਪਸੰਦ ਆਊਗੀ। ਦਰਸ਼ਕਾਂ ਨੂੰ ਤਾਂ ਇਹੀ ਕਹਿਣਾ ਚਾਹੂੰਗਾ ਕਿ ਭਰਾਵੋ ਫਿਲਮ ਦੇਖ ਕੇ ਆਓ, ਸਾਡੀ ਫਿਲਮ ਹੈ ਇਹ, ਸਾਡੀ ਨਹੀਂ ਤੁਹਾਡੀ ਵੀ ਫਿਲਮ ਹੈ ਇਹ, ਅਤੇ ਨਿਰਾਸ਼ ਨਹੀਂ ਹੋਵੋਗੇ ਅਤੇ ਇਕੱਲੇ ਨਾ ਜਾਇਓ, ਆਪਣੀ ਫੈਮਿਲੀ ਨੂੰ ਨਾਲ ਲੈ ਕੇ ਜਾਇਓ, ਕਿਉਂਕਿ ਇਹ ਫਿਲਮ ਪੂਰੀ ਹੀ ਪੂਰੀ ਫੈਮਿਲੀ ਦੇ ਨਾਲ ਦੇਖਣ ਵਾਲੀ ਫਿਲਮ ਹੈ। ਅਤੇ ਬਾਕੀ ਮੈਸੇਜ ਬਹੁਤ ਸਾਰੀਆਂ ਚੀਜ਼ਾਂ, ਮਤਲਬ ਬਹੁਤ ਸਾਰੀਆਂ ਚੀਜ਼ਾਂ ਮੈਸੇਜ ਕਨਵੇ ਕਰਨੀਆਂ ਤੁਹਾਨੂੰ। ਬਹੁਤ ਵਧੀਆ ਮੂਵੀ ਹੈ ਵੀਰੇ, ਬਹੁਤ। ਕੀ ਕਹਿਣਾ ਚਾਹੋਗੇ? ਵਧੀਆ ਮੂਵੀ ਸੀ। ਕੀ ਕਹਿਣਾ ਚਾਹੁੰਦਾ ਵੀਰੇ? ਕੀ ਕਹਿਣਾ ਚਾਹੁੰਦਾ? ਬਹੁਤ ਵਧੀਆ ਜੀ, ਯੂਥ ਲਈ ਬਹੁਤ ਚੰਗਾ ਸੁਨੇਹਾ। ਕੀ ਕਹਿੰਦੇ ਹੋ ਜੀ? ਬਹੁਤ ਅੱਛੀ, ਬਹੁਤ ਅੱਛੀ। ਕੀ ਕਹਿੰਦੇ ਚਾਹੁੰਦੇ ਹੋ ਜੀ ਫਿਲਮ ਬਾਰੇ? ਬਹੁਤ ਅੱਛੀ ਮੂਵੀ ਹੈ ਜੀ, ਸਾਰੀ ਫਿਲਮ ਬੰਨ ਕੇ ਰੱਖਦੀ ਹੈ ਆਡੀਅੰਸ ਨੂੰ, ਅਤੇ ਮੈਸੇਜ ਬਹੁਤ ਵਧੀਆ, ਕਈ ਫਿਲਮਾਂ 'ਚ ਇੱਕ ਮੈਸੇਜ ਹੁੰਦਾ, ਇਹ 'ਚ ਬਹੁਤ ਜ਼ਿਆਦਾ ਮੈਸੇਜ। ਥੈਂਕ ਯੂ, ਬਹੁਤ ਵਧੀਆ ਫਿਲਮ ਸੀ। ਫਿਲਮ ਬਹੁਤ ਵਧੀਆ ਲੱਗੀ, ਮੈਂ ਬਹੁਤ ਇਮੋਸ਼ਨਲ ਹੋ ਕੇ ਨਿਕਲਿਆ ਹੀ ਹੁੰਦਾ ਆਪਦੇ ਆਪ ਨੂੰ ਦੇਖ ਕੇ, ਇੱਕ ਵਾਰੀ ਲੱਗਦਾ ਹੈ ਨਾ, ਸ਼ਬਦ ਨਹੀਂ ਹੈਗੇ ਜੀ ਕੋਈ। ਵਧੀਆ ਸੀ ਜੀ, ਬਹੁਤ ਵਧੀਆ ਸੀ। ਔਰ ਹਮੇਸ਼ਾ ਹੀ ਭਾਜੀ ਦੀਆਂ ਫਿਲਮਾਂ ਸੋਚਣ 'ਤੇ ਮਜਬੂਰ ਕਰਦੀਆਂ, ਸੋ ਉਸੇ ਤਰੀਕੇ ਦਾ ਸਬਜੈਕਟ ਸੀਗਾ, ਇੱਕ ਬਹੁਤ ਰੀਅਲ ਸਪੇਸ 'ਚ ਹੁੰਦੀਆਂ ਉਹਨਾਂ ਦੀਆਂ ਫਿਲਮਾਂ, ਔਰ ਕਿਤੇ ਨਾ ਕਿਤੇ ਇੱਕ ਮੈਸੇਜ ਹੁੰਦਾ, ਇੱਕ ਇੱਕ ਥੋਟ ਦੇ ਕੇ ਜਾਂਦੀਆਂ, ਸੋ ਉਸੇ ਤਰੀਕੇ ਦੀ ਫਿਲਮ ਸੀ ਜੀ, ਸਾਰਿਆਂ ਦਾ ਇਹ ਕੰਮ ਵਧੀਆ ਸੀ। ਫਿਰ ਬਹੁਤ ਵਧੀਆ ਲੱਗੀ ਜੀ, ਅੱਜ ਪਤਾ ਲੱਗਿਆ ਵੀ ਪੰਜਾਬੀ ਸਿਨੇਮਾ ਵੀ ਹਿੰਦੀ ਸਿਨੇਮੇ ਦੇ ਬਰਾਬਰ ਦਾ। ਵਧੀਆ, ਬਹੁਤ ਵਧੀਆ ਫਿਲਮ, ਬਹੁਤ ਵਧੀਆ ਬਾਈ ਜੀ ਨੇ ਫਿਲਮ ਬਹੁਤ ਬਹੁਤ ਸੋਹਣੀ ਬਣਾਈ, ਬਹੁਤ ਹੀ ਵਧੀਆ ਕਰੈਕਟਰ ਸਾਰੇ ਵਧੀਆ, ਬਹੁਤ ਸਾਰੀ ਬਹੁਤ ਹੀ ਸੋਹਣੀ ਫਿਲਮ, ਕਿਆ ਬਾਤ ਆ, ਦਿਲ ਖੁਸ਼ ਹੋ ਗਿਆ, ਕਿਆ ਬਾਤ ਹੈ। ਸੋ ਦੋਸਤੋ, ਮਰਜਾਣੀ ਫਿਲਮ ਦੇ ਰਿਵਿਊ ਤੁਸੀਂ ਹੁਣੇ ਦੇਖ ਚੁੱਕੇ ਹੋ, ਬਾ ਕਮਾਲ ਰਿਵਿਊ ਆਏ ਨੇ ਅਤੇ ਸਿਨੇਮੇਘਰਾਂ ਦੇ ਵਿੱਚ ਬੈਠੇ ਸਾਰੇ ਦਰਸ਼ਕ ਭਾਵੁਕ ਹੋ ਰਹੇ ਸੀ। ਇੱਕ ਵਾਰ ਤੁਹਾਨੂੰ ਵੀ ਕਹਾਂਗਾ ਕਿ ਇਹ ਫਿਲਮ ਸਿਨੇਮੇਘਰਾਂ ਵਿੱਚ ਜ਼ਰੂਰ ਦੇਖ ਕੇ ਆਇਓ। ਹੁਣ ਮੈਨੂੰ ਤੋਂ ਇਜਾਜ਼ਤ, ਮਿਲਦੇ ਹਾਂ ਕੁਛ ਹੋਰ ਅਪਡੇਟ ਦੇ ਨਾਲ, ਸਤਿ ਸ਼੍ਰੀ ਅਕਾਲ।